ਹਾਂਜੀ ਕਿੱਦਾਂ ਸਾਰੇ ਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਸਾਰਿਆਂ ਨੇ ਸੁਣਿਆ ਹੁਣੇ ਆ ਪਲਾਜੇ 'ਚ ਤਲਵਾਰਾਂ ਚੱਲੀਆਂ ਪਰ ਪੰਜਾਬੀ ਕੁੜੀਆਂ ਵੀ ਕਿਸੇ ਤੋਂ ਘੱਟ ਨਹੀਂ ਇਹ ਵੀ ਤੁਹਾਨੂੰ ਦਿਖਾਉਣਾ ਸਾਰੀਆਂ ਚੰਗੀਆਂ ਨਹੀਂ ਹੁੰਦੀਆਂ ਸਾਰੀਆਂ ਮਾੜੀਆਂ ਨਹੀਂ ਹੁੰਦੀਆਂ ਪਰ ਕਰਤੂਤਾਂ ਦੇਖੋ ਜੀ ਇੱਧਰ ਸਾਰੇ ਕੈਨੇਡਾ ਦੇ ਨੈਸ਼ਨਲ ਮੀਡੀਆ 'ਚ ਇਹ ਤਸਵੀਰ ਵਾਇਰਲ ਹੋਈ ਆ ਦੇਖ ਸਕਦੇ ਆ ਜੀ ਤੁਸੀਂ ਸਾਰੇ ਆਪਣੇ ਵਿਚਾਰ ਜ਼ਰੂਰ ਦਿਓ ਕਮੈਂਟਾਂ 'ਚ ਜੋ ਇਸ ਨੇ ਕੀਤਾ ਠੀਕ ਕੀਤਾ ਸਹੀ ਸੀ ਯੈਸ ਔਰ ਨੋ ਮੇਰੇ ਨਾਲ ਉਹ ਤਾਂ ਰੋਂਗ ਸੀ ਬਾਈ ਜੀ ਜੋ ਮਰਜ਼ੀ ਹੋਵੇ ਹਾਂਜੀ ਕੰਪਨੀਆ ਟੈਕੋਟਾਈਨ ਤੇ ਉੱਥੇ ਕੰਮ ਕਰਦੀ ਸੀ ਗਾਹਕ ਨਾਲ ਕੁਝ ਹੋ ਗਿਆ ਹੋਣਾ ਹੁਣ ਸਾਨੂੰ ਸਟੋਰੀ ਨਹੀਂ ਪਤਾ ਪਰ ਜੋ ਮਰਜ਼ੀ ਹੋਵੇ ਤੁਸੀਂ ਗਾਹਕ ਨੂੰ ਇਦਾਂ ਨਹੀਂ ਦਿਖਾ ਸਕਦੇ ਦੇਖੋ ਜੀ ਉਂਗਲੀਆਂ ਦਿਖਾ ਰਹੀ ਆ ਇਹ ਮਿਡਲ ਫਿੰਗਰ ਜੀ ਨੂੰ ਕਿਹਾ ਜਾਂਦਾ ਚਲੋ ਇਹਨਾਂ ਵਿਚਾਰੀਆਂ ਨੂੰ ਇੱਥੇ ਆ ਕੇ ਪਤਾ ਲੱਗ ਗਿਆ ਵੀ ਇਹ ਵੀ ਗਾਲ ਹੁੰਦੀ ਆ ਸੋ ਦੇਖ ਸਕਦੇ ਆ ਕਹਿੰਦੀ ਮੈਂ ਮੈਨੇਜਰ ਆ ਤੇ ਟੈਕੋਟਾਈਮ ਬੈਨਕੂਵਰ ਚ ਕੰਮ ਕਰਦੀ ਸੀ ਉਹ ਪਿੱਛੇ ਵੀ ਦੋ ਪੰਜਾਬੀ ਕੁੜੀਆਂ ਆ ਸੋ ਤੁਸੀਂ ਉਹ ਤਾਂ ਸੁਣ ਲਿਆ ਹੁਣ ਪਲਾਏ ਚ ਤਲਵਾਰਾਂ ਚੱਲੀਆਂ ਉਹ ਰਿਪੋਰਟ ਕਰਤੇ ਉਹ ਭਰਾਵੋ ਇਦਾਂ ਨਹੀਂ ਰਿਪੋਰਟ ਹੁੰਦੇ ਉਹ ਸਭ ਫੇਕ ਨਿਊਜ਼ ਆ ਤੇ ਇਹਦੇ ਬਾਰੇ ਵਿਚਾਰ ਦਿਓ ਭਾਵੇਂ ਗਾਹਕ ਸਹੀ ਹੋਵੇ ਜਾਂ ਰੋਂਗ ਇਦਾਂ ਤੁਸੀਂ ਕਿਸੇ ਨੂੰ ਇਦਾਂ ਨਹੀਂ ਦਿਖਾ ਸਕਦੇ ਸੋ ਅੱਗੇ ਵੀ ਵੀਡੀਓ ਪਾਉਂਦਾ ਰਹਿਣਾ ਆ ਮੋਸਟਲੀ ਪੰਜਾਬੀ ਕੁੜੀਆਂ ਦੀ ਸਰਵਸ ਕਸਟਮਰ ਕੇਅਰ ਮਾੜੀ ਹੈ ਚ ਕੋਈ ਸ਼ੱਕ ਨਹੀਂ ਗਾ ਤੁਸੀਂ ਚਲੋ ਕਿਸੇ ਪੰਜਾਬੀ ਨਾਲ ਕੰਮ ਕਰਦੇ ਉੱਥੇ ਦਾ ਸਰ ਜਾਂਦਾ ਚਾਪ ਲੂਸੀ ਕਰਕੇ ਗੋਰੇ ਨਹੀਂ ਇਹ ਗੱਲਾਂ ਨੂੰ ਉਹ ਕਰਦੇ ਸੋ ਬਾਈ ਜੀ ਉਹਨੇ ਸਕਿੰਟ ਲਾਇਆ ਸਕਿੰਟ ਹਾਂਜੀ ਇੱਕ ਸਕਿੰਟ ਲਾਇਆ ਸੋ ਮੈਨੇਜਰ ਸੀ ਜਾਂ ਨਹੀਂ ਸੀ ਸਾਨੂੰ ਨਹੀਂ ਪਤਾ ਉਹਨੇ ਇੱਕ ਸਕਿੰਟ ਲਾਇਆ ਕੰਮ ਤੋਂ ਚੱਕ ਕੇ ਦਫਾ ਕਰਤੀ ਕਹਿੰਦੇ ਘਰ ਬੈਠ ਆਪਣੇ ਇਹ ਇੱਥੇ ਨਹੀਂ ਅਲਾਉਡ ਚੀਜ਼ਾਂ ਟੈਕੋ ਟਾਈਮ ਵਾਲਿਆਂ ਨੇ ਨਾਲੇ ਹੀ ਦੇਖ ਸਕਦੇ ਲੋਕੇਸ਼ਨ ਵੀ ਲਿਖੀ ਹੋ ਸਾਰਾ ਕੁਝ ਵੀ ਆਪਣੇ ਆਪ ਨੂੰ ਮੈਨੇਜਰ ਕਹਿੰਦੀ ਸੀਗੀ ਤੇ ਉਹਨੂੰ ਜ਼ੀਰੋ ਟੋਲਰੈਂਸ ਤੇ ਚੱਕ ਕੇ ਘਰੇ ਬਿਠਾ ਦਿੱਤਾ ਸੋ ਸਭ ਤੋਂ ਵੱਧ ਤਾਂ ਭਰਾਬੂ ਜਦੋਂ ਪਲੇਨ ਚੋਂ ਉਤਰਦੇ ਕਈ ਲੋਕ ਉਹਨਾਂ ਦਾ ਉਦੋਂ ਦਿਮਾਗ ਖਰਾਬ ਹੋ ਜਾਂਦਾ ਫਿਰ ਵਧੀਆ ਜੌਬ ਤੇ ਲੱਗ ਜਾਂਦੇ ਜਦੋਂ ਪੋਜੀਸ਼ਨ ਥੋੜੀ ਉੱਤੇ ਹੋ ਜਾਂਦੀ ਆ ਫੇਰ ਤਾਂ ਭਰਾਬੂ ਕਹਿੰਦੇ ਤੂੰ ਗੌਣ ਪਰਾਂ ਹੋ ਸੋ ਦੇਖ ਸਕਦੇ ਟੈਕੋ ਟਾਈਮ ਵਾਲਿਆਂ ਨੇ ਸਪੈਸ਼ਲ ਮਾਫੀ ਵੀ ਮੰਗੀ ਆ ਤੇ ਕੰਮ ਤੋਂ ਵੀ ਕੁੜੀ ਨੂੰ ਬਾਹਰ ਕਰਤਾ ਦੱਸੋ ਕੀ ਰਹਿ ਗਿਆ ਪੱਲੇ ਸੋ ਮੇਰੀ ਗੱਲ ਇਹ ਆ ਬਾਈ ਜੀ ਕਸਟਮਰ ਸਰਵਿਸ ਚ ਨੌਕਰ ਕੀ ਤੇ ਨਖਰਾ ਕੀ ਜੇ ਤੁਸੀਂ ਇੰਨੀਆਂ ਹੀ ਮਹਾਰਾਣੀਆਂ ਇੱਥੇ ਵੀ ਦਿਹਾੜੀਆਂ ਕਰਨ ਕਾਤੇ ਆਈਆਂ ਸਹੀ ਆ ਨਾ ਸੋ ਮੁੱਕ ਦੀ ਗੱਲ ਇਹ ਆ ਕਸਟਮਰ ਸਰਵਿਸ ਚ ਕਸਟਮਰ ਰੋਂਗ ਹੋਵੇ ਜਾਂ ਨਹੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਤੇ ਬਾਕੀ ਤੁਸੀਂ ਕਮੈਂਟਾਂ ਚ ਦੱਸਿਓ ਜੀ ਕੁੜੀ ਸਹੀ ਆ ਕਿ ਰੋਂਗ ਆ ਤੇ ਜੈਸ ਜਾਂ ਨੋ ਲਿਖਿਓ ਜੇ ਤਾਂ ਕੁੜੀ ਸਹੀ ਆ ਜੈਸ ਲਿਖਿਓ ਜੇ ਤਾਂ ਰੋਂਗ ਆ ਨੋ ਤੇ ਬਾਕੀ ਹੋਰ ਦਿਖਾਉਣਾ ਤੁਹਾਨੂੰ ਦੇ ਭਰਾਵੋ ਬਾਲੀ ਮਾੜੇ ਹਾਲ ਆ ਤੇ ਬਾਕੀ ਰਾਣੀ ਦੀ ਮੌਤ ਹੋਈ ਆ ਉਸ ਨਾਲ ਜੁੜੇ ਕਈ ਤੱਥ ਤੁਹਾਨੂੰ ਨਾਲ ਸਾਂਝੇ ਕਰਾਂਗੇ ਸੋ ਹੁਣ ਕਿੰਗ ਚਾਰਲਸ ਜੀ ਦੀ लाठी ਉਹਦੀ ਪੈਸ ਪਹਿਲਾਂ ਰਾਣੀ ਬਿਨਾ ਪਾਸਪੋਰਟ ਤੋਂ ਜਿੱਥੇ ਮੂੰਹ ਚੱਕ ਕੇ ਤੁਰ ਪੈਂਦੀ ਸੀਗੀ ਹੁਣ ਕਿੰਗ ਚਾਰਲਸ ਇਦਾਂ ਤੁਰਿਆ ਕਰੂਗਾ ਕੋਈ ਪਾਸਪੋਰਟ ਦੀ ਲੋੜ ਨਹੀਂ ਡਰਾਈਵਰ ਲਾਇਸੈਂਸ ਦੀ ਲੋੜ ਨਹੀਂ ਦੋ ਜਨਮ ਦਿਨ ਹੋਇਆ ਕਰਨੇ ਆ ਸੋ ਇਹ ਦਾ ਹਿਸਾਬ ਕਿਤਾਬ ਆ ਪ੍ਰਭੂ ਹੰਜੀ ਤਗੜੇ ਦਾ ਸੱਤੀ ਵਿਹੀ 100 ਹੈ ਸੋ ਕੋਈ ਕਰੋਨਾ ਟੀਕਿਆਂ ਦੀ ਲੋੜ ਨਹੀਂ ਇਹੀ ਤਾਂ ਗੱਲ ਆ ਫਿਰ ਇਹ ਵੀ ਗੰਧਾਣਾ ਬਚਾਰਾ ਮਸੀਬਾਰੀ ਆਈ ਕਿੰਨੇ 68 70 ਸਾਲ ਤੇ ਬਾਕੀ ਕੋਹੇ ਨੂੰ ਹੀਰਾ ਹੁਣ ਕਿਹਦੇ ਸਿਰ ਤੇ ਹੋਇਆ ਕਰੂਗਾ ਉਹ ਵੀ ਤੁਹਾਡੇ ਨਾਲ ਆਪਾਂ ਗੱਲਬਾਤ ਸਾਂਝੀ ਕਰਾਂਗੇ ਸੋ ਬਾਕੀ ਵੀਡੀਓ ਜ਼ਿਆਦਾ ਲੰਮੀ ਨਹੀਂ ਹੋਣੀ ਸੇ ਇਹ ਤਾਂ ਹੌਲੀ ਹੌਲੀ ਆਵਾਂਗੇ ਪੂਰੀ ਲੈਚ ਸੋ ਇਹਦੇ ਬਾਰੇ ਜਰੂਰ ਵਿਚਾਰ ਦਿਓ ਸੋ ਗੋਰੇ ਕਿਉਂ ਪ੍ਰੇਫਰ ਕਰ ਲੈਂ ਫਲਪੀਨੀ ਕੁੜੀਆਂ ਨੂੰ ਜਾਂ ਹੋਰਾਂ ਨੂੰ ਹਾਂਜੀ ਇਹਨਾਂ ਚੀਜ਼ਾਂ ਕਰਕੇ ਆ ਸੋ ਇਸ ਇੱਕ ਦੇ ਕਰਕੇ ਬਾਕੀਆਂ ਤੇ ਵੀ ਫਿਕਟ ਪੈਂਦਾ ਵੀ ਸਾਰੀਆਂ ਹੀ ਖਰੇ ਇਦਾਂ ਦੀਆਂ ਇਹਨਾਂ ਨੂੰ ਕਸਟਮਰ ਸਰਵਿਸ ਆਉਂਦੀ ਹੀ ਨਹੀਂਗੀ ਸੋ ਦੇਖ ਲਓ ਬਾਈ ਜੀ ਤੁਹਾਡੇ ਸਾਹਮਣੇ ਆ ਇਹਦੇ ਬਾਰੇ ਜਰੂਰ ਵਿਚਾਰ ਦਿਓ ਤੇ ਬਾਕੀ ਸਭ ਨੂੰ ਰਿਕਵੈਸਟ ਹੈ ਜੀ ਲਿੰਕ ਤੇ ਜਰੂਰ ਕਲਿੱਕ ਕਰ ਦਿਆ ਕਰੋ ਉਹ ਤਾਂ ਕਰਦੇ ਹੀ ਨਹੀਂਗੇ ਤਾ ਜੋ ਆਪਣਾ ਤੁਰਿਆ ਰਹੇ ਲਿੰਕ ਪਾਉਣਾ ਜੀ indi-radio.cc ਇੱਕ sire te add ਹੋਣੀ ਜੀ ਇੱਕ ਆਪਣੇ sire te ਸਭ ਨੂੰ ਪਤਾ ਹੀ ਆ ਇੱਥੇ ਕਲਿੱਕ ਕਰਕੇ ਬੈਕ ਆ ਜਾਣਾ ਇਹ ਇੰਨਾ ਕੰਮ ਆ ਤੇ ਕਰ ਦਿਓ ਜੀ ਤੇ ਬੋਲਦੇ ਨੂੰ ਸਾਜਿਆ ਚੜਦਾ ਚੰਗੀ ਤਰ੍ਹਾਂ ਇੰਨਾ ਬੋਲ ਵੀ ਨਹੀਂ ਹੁੰਦਾ ਹੌਲੀ ਹੌਲੀ ਹੋ ਰਿਆਂ ਰਿਕਵਰ ਕਰਾਂਗੇ ਫਿਰ ਤੇ ਆਹ ਵੀਡੀਓ ਬਾਰੇ ਵਿਚਾਰ ਦਿਓ ਸਾਰਿਆਂ ਦੇ ਕਮੈਂਟ ਪੜਦਾ ਸਾਰਿਆਂ ਸਤਿ ਸ਼੍ਰੀ ਅਕਾਲ ਪੇਡਾਂ ਦਾ ਕਾਲਿੰਦੀ ਜਸਵਾਲ ਕਲਿੱਕ ਜ਼ਰੂਰ ਕਰਦੇ ਹੋ ਲਿੰਕ ਤੇ ਤੇ ਵੀਡੀਓ ਵੀ ਸ਼ੇਅਰ ਕਰਦੇ ਹੋ ਸ਼ੁਕਰੀਆ